ਆ ਸਭ ਤੋਂ ਆਖਰੀ ਤੇ ਸਭ ਤੋਂ ਜ਼ਰੂਰੀ ਗੱਲ। ਉਹ ਕਿਹੜਾ ਬੰਬ ਡਿੱਗੇਗਾ 60 ਦਿਨਾਂ ਬਾਅਦ? ਦੇਖੋ ਭਾਈਓ, ਕਈ ਵਾਰ ਦਸੰਬਰ ਦੇ ਮਹੀਨੇ ਵਿੱਚ ਬਹੁਤ ਧੁੰਦ ਪੈਂਦੀ ਏ, ਸੂਰਜ ਵੀ ਨਹੀਂ ਨਿਕਲਦਾ। ਅਗਰ ਦਸੰਬਰ ਵਿੱਚ ਧੁੰਦ ਜ਼ਿਆਦਾ ਪਈ ਤਾਂ ਮੈਕਸ ਦਾ ਰਿਜ਼ਲਟ ਥੋੜ੍ਹਾ ਘੱਟ ਮਿਲੂਗਾ, ਪਰ ਘਬਰਾਉਣ ਦੀ ਲੋੜ ਨਹੀਂ। ਅਗਰ ਥੋੜ੍ਹੇ ਬਹੁਤ ਨਦੀਨ ਬਚ ਜਾਣ ਤਾਂ 60 ਦਿਨਾਂ ਬਾਅਦ ਇੱਕ ਕਲੋਡੀਨੋ ਫੋਬ ਦਾ ਸਪਰੇਅ ਕਰਨ ਨਾਲ ਬਚੇ ਖੁਚੇ ਨਦੀਨ ਕਾਬੂ ਆ ਜਾਣਗੇ। ਪਰ ਛੁੱਟੂ, ਅਗਰ ਦਸੰਬਰ ਵਿੱਚ ਧੁੱਪ ਨਿਕਲੀ ਤੇ ਕੋਈ ਧੁੰਦ ਨਾ ਪਈ ਤਾਂ ਕੀ ਹੋਵੇਗਾ? ਲੈ ਫੇਰ ਤਾਂ ਬੱਲੇ ਬੱਲੇ ਹੋ ਜੂਗੀ। ਅਗਰ ਦਸੰਬਰ ਵਿੱਚ ਧੁੱਪਾਂ ਨਿਕਲਦੀਆਂ ਰਹੀਆਂ ਤਾਂ ਸਾਰੇ ਨਦੀਨ ਚੰਗੀ ਤਰ੍ਹਾਂ ਕਾਬੂ ਆ ਜਾਣਗੇ, ਕੋਈ ਦੂਜੇ ਸਪਰੇਅ ਦੀ ਲੋੜ ਹੀ ਨਹੀਂ ਪਵੇਗੀ।